ਕਾਫਲਾ ਇਸ ਵੇਲੇ ਪਹੁੰਚਿਆ ਅੰਮ੍ਰਿਤਸਰ ਤਾਂ ਅੰਮ੍ਰਿਤਸਰ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਸਬਜ਼ੀ ਮੰਡੀ ਦੇ ਵਿੱਚ ਆਉਣ ਦਾ ਸਾਡਾ ਮਕਸਦ ਇਹ ਹੈ ਕਿ ਵਪਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿਆਸਤਦਾਨ ਉਹਨਾਂ ਦੇ ਨਾਲ ਵਾਅਦੇ ਤੇ ਦਾਅਵੇ ਜ਼ਰੂਰ ਕਰਦੇ ਨੇ ਪਰ ਕੀ ਉਹ ਪੂਰੇ ਹੁੰਦੇ ਨੇ ਔਰ ਸਭ ਤੋਂ ਵੱਡਾ ਇੱਕ ਹੋਰ ਮੁੱਦਾ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਦਾ ਵੀ ਹੈ ਤਾਂ ਵਪਾਰ ਬੰਦ ਹੋਣ ਕਰਕੇ ਇਹਨਾਂ ਵਪਾਰੀਆਂ ਨੂੰ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਨੇ ਕਿੰਨੀ ਵੱਡੀ ਮੁਸ਼ਕਲ ਹੈ ਜੇ ਵਪਾਰ ਸ਼ੁਰੂ ਹੁੰਦਾ ਤਾਂ ਕਿਸ ਕਿਸ ਨੂੰ ਉਸ ਦਾ ਲਾਭ ਮਿਲ ਸਕਦਾ ਇਸ ਟਾਈਮ ਤੇ ਸਭ ਤੋਂ ਵੱਡੀ ਜੰਗ ਲੱਗੀ ਆ ਜਿਹੜੀ ਲੋਕਤੰਤਰ ਸਭ ਤੋਂ ਵੱਡਾ ਲੋਕਤੰਤਰ ਸਾਡੇ ਹਿੰਦੁਸਤਾਨ ਦਾ ਵਾ ਤੇ ਸਾਡਾ ਜਿਹੜਾ ਹਿੰਦੁਸਤਾਨ ਆ ਇੱਥੇ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਜਿਹੜੀ ਆ ਪੰਜਾਬ ਦੀ ਅੰਮ੍ਰਿਤਸਰ ਵੱਲੇ ਵੱਲਾ ਮੰਡੀ ਆ ਇੱਥੋਂ ਦਾ ਵਪਾਰਕ ਪਹਿਲਾਂ ਖੁੱਲਿਆ ਸੀ ਤੇ ਬਹੁਤ ਜ਼ਿਆਦੀਆਂ ਸਹੂਲਤਾਂ ਕਿਸਾਨਾਂ ਨੂੰ ਮਿਲੀਆਂ ਤੇ ਵਪਾਰੀ ਬਹੁਤ ਖੁਸ਼ੀ ਜਦੋਂ ਤਾਂ ਪਾਕਿਸਤਾਨ ਦਾ ਬਾਰਡਰ ਬੰਦ ਹੋਇਆ ਸਾਰਾ ਹੀ ਕੰਮ ਬੰਦ ਹੋ ਗਿਆ ਸਾਰਾ ਸਾਰੇ ਮਤਲਬ ਬੇਰੁਜ਼ਗਾਰ ਹੋਏ ਸਾਰੇ ਸੜਕਾਂ ਦੇ ਵਿੱਚ ਗੱਡਾ ਮੰਦਾ ਆ ਲਿਆ ਮੰਡੀ ਚ ਬਹੁਤ ਬੁਰਾ ਹਾਲ ਆ ਇਹ ਸਾਰਾ ਸਾਰੇ ਵਸਲੇ ਸਾਡੇ ਹੱਲ ਹੋਣ ਚਾਹੀਦੇ ਆ ਸਾਡਾ ਵਪਾਰ ਖੁੱਲਣਾ ਚਾਹੀਦਾ ਬਾਰਡਰ ਖੁੱਲਣਾ ਚਾਹੀਦਾ ਜਿਹੜਾ ਪਾਕਿਸਤਾਨ ਨਾਲ ਵਪਾਰ ਜਿਹੜਾ ਬੰਦ ਕੀਤਾ ਗਿਆ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਅੰਮ੍ਰਿਤਸਰ ਨੂੰ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਹੋਇਆ ਔਰ ਇਹ ਵਪਾਰ ਬੰਦ ਨਹੀਂ ਹੋਇਆ ਗੁਜਰਾਤ ਥਾਣੀ ਦੁਬਈ ਥਾਣੀ ਵਪਾਰ ਹੋ ਰਿਹਾ ਸਿਰਫ ਇਹ ਜਿਹੜਾ ਬਾਰਡਰ ਹੈ ਸਾਡਾ ਵਾਗਾ ਬਾਰਡਰ ਇਸ ਵੇਲੇ ਪੋਲਿਟੀਕਲ ਮੁੱਦਾ ਵੀ ਬਹੁਤ ਵੱਡਾ ਬਣਿਆ ਹੋਇਆ ਲੱਗਦਾ ਕਿ ਜਿਹੜਾ ਵੀ ਜਿੱਤ ਕੇ ਜਾਏਗਾ ਇਹਦੇ ਬਾਰੇ ਕੋਈ ਨਾ ਪਹਿਲਾਂ ਵੀ ਜਿਹੜੇ ਆਪਣਾ ਬੀਜੇਪੀ ਦੇ ਕੈਂ ਉਹਨਾਂ ਨੇ ਆਣ ਕੇ ਮੁਰਕੇ ਦੀ ਆਵਾਜ਼ ਨਹੀਂ ਪੁੱਛੀ ਪਹਿਲਾਂ ਵੀ ਉਹ ਵਾਦੇ ਕਰਦੇ ਰਹੇ ਵੀ ਜਲਦੀ ਪਾਕਿਸਤਾਨ ਦਾ ਜਿਹੜਾ ਟ੍ਰੇਡ ਜਿਹੜਾ ਖੋਲਿਆ ਜਾਏਗਾ ਵਪਾਰ ਖੁੱਲਿਆ ਜਾਏਗਾ ਪਰ ਅਜੇ ਤੱਕ ਕਿਸੇ ਨੇ ਖੋਲਿਆ ਨਹੀਂ ਪ੍ਰੋਬਲਮ ਕੀ ਇੱਥੇ ਇੱਥੇ ਕੁੱਲੀ ਬੇਰੁਜ਼ਗਾਰ ਹੋਏ ਪੈ ਨੇ ਟਰੱਕ ਯੂਨੀਅਨ ਬੇਰੁਜ਼ਗਾਰ ਹੋਈ ਪਈ ਹੈ ਵਪਾਰੀ ਬੇਰੁਜ਼ਗਾਰ ਹੋਇਆ ਪਿਆ ਔਰ ਕਰੋਨਾ ਰੁਪਿਆ ਦਾ ਵਪਾਰ ਹੁੰਦਾ ਕਿੰਨੇ ਲੱਖ ਦਾ ਨੁਕਸਾਨ ਜਿਹੜਾ ਬਿਲੀਅਨ ਨੁਕਸਾਨ ਬਿਲਕੁਲ ਵਪਾਰੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੋਰ ਵੀ ਸਾਡੇ ਨਾਲ ਟਰੇਡਰ ਨੇ ਸਰ ਕਿੰਨੀ ਕ ਇਹ ਮੁਸ਼ਕਲ ਵਾਲਾ ਕੰਮ ਹੈ ਔਰ ਜੇਕਰ ਵਪਾਰ ਖੁੱਲਦਾ ਹੈ ਵਪਾਰੀ ਦਾ ਹੀ ਇਕੱਲਾ ਫਾਇਦਾ ਹੈ ਜਾਂ ਪੰਜਾਬ ਜਾਂ ਅੰਮ੍ਰਿਤਸਰ ਦੇ ਖਾਸ ਕਰਕੇ ਮੈਂ ਲੋਕਾਂ ਦੀ ਗੱਲ ਕਰਾਂ ਉਹਨਾਂ ਨੂੰ ਵੀ ਕੋਈ ਲਾਭ ਹੋਏਗਾ ਉਹਦਾ 150 ਗੱਡੀ ਇੱਕ ਦਿਨ ਚ ਪਿਆਜ਼ ਦੀ ਪਹੁੰਚੀ ਸੀ ਇੱਕ ਇੱਕ ਰਿਕਾਰਡ ਹੈ ਔਰ ਕਾਫੀ ਮਾਲ ਉਸੇ ਜਾਂਦਾ ਸੀ ਜਿਹਦੇ ਵਿੱਚ ਇੱਕ ਲੇਬਰ ਨੂੰ ਇੰਨੀਆਂ ਸਹੂਲਤਾਂ ਟਰੱਕ ਲੋਡਿੰਗ ਕਰਕੇ ਜਾਂਦੇ ਉਹਨਾਂ ਨੂੰ ਸਹੂਲਤਾਂ ਦੇਖ ਔਰ ਜਿਹੜਾ ਇੱਥੇ ਕੰਮ ਜਿਹੜਾ ਕਿਸਾਨ ਕਰ ਰਿਹਾ ਕਿਸਾਨਾਂ ਨੇ ਪੈਦਾਵਰ ਵਧਾਈ ਉਹਨਾਂ ਨੂੰ ਕਿੰਨਾ ਜ਼ਿਆਦਾ ਪ੍ਰੋਫਿਟ ਸੀ ਯਾਨੀ ਕਿ ਬਹੁਤ ਸਾਰੇ ਪਰਿਵਾਰ ਉਹਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਸੀਗੇ ਪਰ ਲੇਕਿਨ ਇਹ ਟਰੇਡ ਬੰਦ ਹੋਣ ਨਾਲ ਇੱਕ ਪੂਰੇ ਪੰਜਾਬ ਨੂੰ ਤੇ ਨੁਕਸਾਨ ਹੈਗਾ 올 ਆਵਰ ਇੰਡੀਆ ਨੂੰ ਹੀ ਹੈ ਪਰ ਲੇਕਿਨ ਸਾਨੂੰ ਇਹ ਨਹੀਂ ਸਮਝ ਆ ਰਹੀ ਇਹ ਬਾਰਡਰ ਕਿਉਂ ਬੰਦ ਕੀਤਾ ਗਿਆ ਬਾਕੀ ਪੋਰਟ ਸਾਰੀਆਂ ਚੱਲ ਰਹੀਆਂ ਇੱਕ ਸਭ ਤੋਂ ਵੱਡੀ ਗੱਲ ਸਮਝਦੇ ਨੇ ਵੱਲਾ ਮੰਡੀ ਦਾ ਨਾਂ ਹੀ ਮੁਸ਼ਕਲ ਆ ਉਹ ਕਿਉਂ 20 ਸਾਲ ਹੋ ਗਏ ਸਾਨੂੰ ਇੱਥੇ ਮੰਡੀਆਂ ਨੂੰ ਪੰਜਾਬ ਸਰਕਾਰ ਨੇ ਦੁਕਾਨ ਦਿੱਤੀ ਆ ਸੈਂਟਰ ਸਰਕਾਰ ਬਣਾਉਣੀ ਨਹੀਂ ਦਿੰਦੀ ਮਾਰੇ ਮੋਟਾ ਮਿਸਤਰੀ ਲਾ ਕੇ ਕੋਈ ਦੁਕਾਨ ਬਣਾ ਲੈਂਦੇ ਸويرੇ ਐਫ ਆਈ ਆਰ ਹੋ ਜਾਂਦੀ ਆ ਕੀ ਕਸੂਰ ਆ ਅਸੀਂ ਟੈਕਸ ਨਹੀਂ ਦਿੰਦੇ ਅਸੀਂ ਪੈਸੇ ਦੇ ਗਏ ਇੱਥੇ ਦੁਕਾਨਾਂ ਲਈਆਂ ਕੋਈ ਫ੍ਰੀ ਨਹੀਂ ਲਈਆਂ ਜੇ ਸਾਨੂੰ ਉਥੋਂ ਜਾੜ ਕੇ ਦੇ ਦਿੱਤਾ ਇਹ ਸਰਕਾਰ ਨੇ ਸੋਚਣਾ ਜਿਹੜੇ ਇੱਥੋਂ ਐਮਪੀ ਜਾਂਦੇ ਆ ਜਿੱਤ ਕੇ ਵੋਟਾਂ ਲੈ ਕੇ ਮੁੜ ਕੇ ਇੱਥੇ ਲੱਭਦੇ ਨਹੀਂ ਇਹਨਾਂ ਨੇ ਜਲੋਂ ਦੀ ਸਰਕਾਰ ਬਦਲੀ ਆ ਜਦੋਂ ਦੀ ਮੋਦੀ ਸਰਕਾਰ ਆਈ ਇਹਨਾਂ ਨੇ ਐਡਾ ਵਧੀਆ ਗਿਫਟ ਦਿੱਤਾ ਨਾ ਪੰਜਾਬ ਨੂੰ ਵੀ ਸਾਰੀ ਕੋਈ ਜਦੋਂ ਬਾਰਡਰ ਕਰਕੇ ਜਾਂ ਅਹਮਦਾਬਾਦ ਹੋ ਜਾ ਉਥੋਂ ਇੱਥੋਂ ਜਦੋਂ ਪਾਕਿਸਤਾਨ ਪੂਰਾ ਯੋਰੇ ਸ਼੍ਰੀਨਗਰ ਇੱਥੋਂ 50000 ਰੁਪਏ ਦੇ ਕੇ ਸ਼੍ਰੀਨਗਰ ਗੱਡੀ ਭੇਜੀ 30 ਹਜ਼ਾਰ ਬਿਆ ਦੇ ਗੱਡੀ ਪਾਰ ਗਲੋਂਦੇ 50 ਹਜ਼ਾਰ ਦੇਖਦੇ ਇੱਥੇ ਆਉਂਦੀ ਜਿੱਥੇ 10 ਹਜ਼ਾਰ ਚ ਜਾਂਦੀ ਆ ਇਹ ਬੈਨੀਫਿਟ ਆ ਸਾਨੂੰ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਦਾ ਕੀ ਕਰਾਂਗੇ ਹਜ਼ਾਰਾਂ ਲੱਖਾਂ ਬੰਦੇ ਬਰਬਾਦ ਹੋਗੇ ਇਸ ਕੰਮ 'ਚ ਜ਼ਿੰਮੇਦਾਰਾਂ ਨੂੰ ਕਿੰਦਾਂ ਦੀਆਂ ਦਿੱਕਤਾਂ ਜਿਹੜੀਆਂ ਪੇਸ਼ ਆਉਂਦੀਆਂ ਨੇ ਔਰ ਕਿਉਂਕਿ ਭਾਜੀਪੀ ਦਾ ਤਾਂ ਵਿਰੋਧ ਵੀ ਕਿਸਾਨ ਲਗਾਤਾਰ ਕਰ ਰਿਹਾ ਪਰ ਉਮੀਦ ਕੀ ਆ ਜਿਹੜਾ ਵੀ ਕੋਈ ਐਮਪੀ ਜਿੱਤ ਕੇ ਜਾਂਦਾ ਕੀ ਲੱਗਦਾ ਕਿਹੜੇ ਕੰਮ ਕਰਨੇ ਚਾਹੀਦੇ ਉਹਨਾਂ ਨੂੰ ਹਾਂਜੀ ਜਿਹੜਾ ਵੀ ਐਮਪੀ ਜਿੱਤ ਕੇ ਜਾਂਦਾ ਜਿਤਾ ਰਹੇ ਵੀ ਕਲੰਗੇਹੀਂ ਜਿਹੜਾ ਵੀ ਕੋਈ ਗੱਲ ਨਹੀਂ ਪਰ ਇਹਦਾ ਸਾਡੀ ਇੱਕੋ ਮੰਗ ਹੈ ਵੀ ਜਿਹੜਾ ਬਾਰਡਰ ਹੈ ਖੋਲਿਆ ਦਿੱਤਾ ਜਾਵੇ ਕਿਸਾਨਾਂ ਨੂੰ ਕੋ ਰਾਹਤ ਮਿਲੂਗੀ ਤੇ ਨਾਲ ਸਾਡੀ ਸਬਜੀ ਰੋਲ ਜਾਂਦੀ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਸਬਜੀ ਇੱਥੇ ਪੈਦਾ ਕਰਦੇ ਆਂ ਫਾਲਦੇ ਆਂ ਪਰ ਇੱਥੇ ਆ ਕੇ ਸਾਨੂੰ ਛੁੱਟਣ ਲਈ ਮਜਬੂਰ ਹੋ ਜਾਂਦਾ ਵੇਖੋ ਤੁਸੀਂ ਥਾਂ ਥਾਂ ਤੇ ਸਬ지ਆਂ ਛੁੱਟੀਆਂ ਪਈਆਂ ਹੁੰਦੀਆਂ ਕਿਉਂਕਿ ਉਹਨਾਂ ਦਾ ਰੇਟ ਨਾ ਦਿੱਕਰ ਸਬਜੀ ਪਾਕਿਸਤਾਨ ਜਾਂਦੀ ਜਿਮੀਦਾਰ ਨੂੰ ਵੱਧ ਪੈਸੇ ਮਿਲਦੇ ਵੱਧ ਮਿਲ ਗਏ ਪੈਸੇ ਰੇਟ ਬੰਦ ਕੀਤਾ ਜਾਵੇ ਅਸੀਂ ਇਹ ਨਹੀਂ ਆਂਦੇ ਰੋਲਣਾ ਕੁੱਕੇ ਆ ਜਾਵੇ ਮਾਲ ਵਿਕੇ ਤੰਗੀ ਇੱਜ਼ਤ ਦੇ ਨਾਲ ਮਾਲ ਸਾਡਾ ਵਿਕੇ ਅਸੀਂ ਬਸ ਇਹ ਚਾਉਂਦੇ ਆ ਵੀ ਸਾਡਾ ਜਿਹੜਾ ਬਾਰਡਰ ਕੋਲ ਦਿੱਤਾ ਜਾਵੇ ਪਰ ਜਿਹੜੇ ਭਾਜੀਪੀ ਦੇ ਉਮੀਦਵਾਰ ਉਹ ਤੇ ਕਹਿ ਰਹੇ ਮੈਂ 300 ਰੁਪਏ ਕਿਲੋ ਮਟਰ ਗੋਭੀ ਕਿਸਾਨ ਦੀ ਵਕਾਉਂਗਾ ਲੱਗਦਾ ਵੀ ਉਹ ਕੋਈ ਪੋਸੀਬਲ ਹੋ ਸਕਦਾ ਨਹੀਂ ਇਹ ਤੇ ਇੱਕ ਛੋਟਾ ਛੜਦੇ ਆ ਜੀ ਜਿਹੜੀ ਗੱਲ ਆ ਕੁਝ ਨਹੀਂ ਇਹੋ ਜੀ ਗੱਲ ਨਹੀਂ ਆਪਾਂ ਕਹਿੰਦੇ ਹੁਣ 300 ਹੋਵੇ ਕਿ ਸਾਰੇ ਖਾਨ ਇੱਕ ਰੇਟ ਬੰਦ ਦਿੱਤਾ ਜਾਵੇ ਹੋਰ ਜੇਕਰ ਮੈਂ ਗੱਲ ਕਰਾਂ ਤਾਂ ਲੇਬਰ ਕਲਾਸ ਵੀ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਮੌਜੂਦ ਹੈ ਉਹਨਾਂ ਨੂੰ ਕਿਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਇਹ ਦਿੱਕਤਾਂ ਤੇ ਬਹੁਤ ਜ਼ਿਆਦਾ ਨੇ ਦੇਖੋ ਜਿਵੇਂ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਛੱਡਾਂ ਦੀ ਦੇਖੋ ਜਦੋਂ ਬਾਰਿਸ਼ ਆਉਂਦੀ ਹੈ ਛੱਡ ਚੋਂਦੇ ਨੇ ਹਨਾ ਲੇਵਰਾਂ ਦਾ ਜਿਹੜਾ ਸਮਾਨ ਪਿਆ ਹੁੰਦਾ ਖਰਾਬ ਹੋ ਜਾਂਦਾ ਆੜਤੀਆਂ ਤੋਂ ਮਾਲੂਦਾਰ ਲੇਤਾ ਹੁੰਦਾ ਜਦੋਂ ਖਰਾਬ ਹੋ ਜਾਂਦਾ ਆੜਤੀਆਂ ਦੇ ਪੈਸੇ ਮਰ ਜਾਂਦੇ ਨੇ ਸਰਕਾਰਾਂ ਨੂੰ ਚਾਹੀਦਾ ਜੇ ਕਿ ਆਰਡੀਐਫ ਫੰਡ ਲੈਂਦੀ ਏ ਤੇ ਭਾਰਤ ਦਾ ਜਿਹੜਾ ਹੈ ਸਾਡਾ ਅੰਮ੍ਰਿਤਸਰ ਵਾਲਾ ਬਾਰਡਰ ਖੋਲਣ ਟੈਕਸ ਤੇ ਸਾਡਾ ਜਾਂਦਾ ਹੈ ਸਾਡੇ ਕਿਸਾਨ ਖੁਸ਼ਹਾਲ ਹੋਣਗੇ ਪੰਜਾਬ ਖੁਸ਼ਹਾਲ ਹੋਊਗਾ ਤਰੱਕੀ ਹੋਊਗੀ ਕਾਰੋਬਾਰ ਵਧੂਗਾ ਪਰ ਸਰਕਾਰ ਨੇ ਪਤਾ ਨਹੀਂ ਕੀ ਸੋਚ ਕੇ ਇੱਕ ਸੋਚੀ ਸਮਝੀ ਸ਼ਾਜ ਦੇ ਜਿਹੜਾ ਸਾਡਾ ਅੰਮ੍ਰਿਤਸਰ ਵਾਲਾ ਬਾਰਡਰ ਬੰਦ ਕੀਤਾ ਮੈਂ ਕਹਿਣਾ ਚਾਹੁੰਦਾ ਵੀ ਸਾਡਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਮਸਲਾ ਸਾਡਾ ਡੈਂਪ ਦਾ ਜਿਹੜਾ ਵੀ ਬਣੇ ਜਿਹੜਾ ਵੀ ਬਣੇ ਜਿਹੜਾ ਵੀ ਐਮਪੀ ਬਣੇ ਸਭ ਤੋਂ ਪਹਿਲਾਂ ਸਾਡਾ ਮਸਲਾ ਇਹ ਹੱਲ ਕਰਾਵੇ ਡੈਂਪ ਦਾ ਜੇ ਨਾਲ ਸਾਡੀ ਮੰਡੀ ਖੁਸ਼ਹਾਲ ਹੋ ਸਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੇ ਸ਼ਹਿਰ ਦੇ ਵਿੱਚ ਸਬਜ਼ੀ ਜਾਣੀ ਆ ਉੱਥੇ ਹੀ ਆਲੇ ਦੁਆਲੇ ਇੰਨੀ ਜ਼ਿਆਦਾ ਗੰਦਗੀ ਆ ਤੇ ਮੈਨੂੰ ਲੱਗਦਾ ਕਿ ਵਪਾਰੀ ਜਿਹੜੇ ਇੱਥੇ ਆਉਂਦੇ ਉਹ ਵੀ ਇਸ ਬਿਮਾਰੀਆਂ ਦਾ ਸ਼ਿਕਾਰ ਜਾਂ ਲੇਬਰ ਜਿਹੜੀ ਹੁੰਦੀ ਆ ਉਹੀ ਹਿਸਾਬ ਲਾ ਵੀ 10000 ਤੋਂ ਵੱਧ ਬੰਦਾ ਡੇਲੀ ਇੱਥੇ ਅਪਡਾਉਨ ਕਰਦਾ ਤੇ ਕਿੰਨੇ ਜ਼ਮੀਂਦਾਰ ਹੁੰਦੇ ਆ ਕਿੰਨੇ ਲੇਬਰ ਵਾਲੇ ਹੁੰਦੇ ਆ ਕਿੰਨੇ ਸਬਜ਼ੀ ਲੈਣ ਵਾਸਤੇ ਆਉਂਦੇ ਆ ਇੱਕ ਬਾਹਰੋਂ ਸਬਜ਼ੀ ਆਉਂਦੀ ਆ ਸਾਡੀ ਮੰਡੀ ਵੇਖ ਕੇ ਜਿਹੜਾ ਬੰਦਾ ਵੀ ਇੱਥੋਂ ਜਾਂਦਾ ਲੈ ਵੇਖ ਕੇ ਕਿਦਾ ਧੜ ਨਰਕ ਦੀ ਮੰਡੀ ਆ ਬਾਹਰ ਦੀਆਂ ਮੰਡੀਆਂ ਐਡੀਆਂ ਵਧੀਆ ਬਣੀਆਂ ਐਡੀਆਂ ਸੋਹਣੀਆਂ ਬਣੀਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਸਾਡੀ ਮੰਡੀ ਨੂੰ ਸੁਧਾਰਿਆ ਜਾਵੇ ਬਿਲਕੁਲ ਇਹ ਨੇ ਅੰਮ੍ਰਿਤਸਰ ਦੇ ਉਹ ਵਪਾਰੀ ਜਿਹੜੇ ਕਿ ਇਸ ਵੇਲੇ ਸਿਆਸਤਦਾਨਾਂ ਦੇ ਲਗਾਤਾਰ ਨਾਲ ਮੀਟਿੰਗਾਂ ਵੀ ਕਰ ਰਹੇ ਨੇ ਔਰ ਉਹਨਾਂ ਦੇ ਜਿਹੜੇ ਵਾਅਦੇ ਨੇ ਉਹਨਾਂ ਨੂੰ ਵੀ ਸੁਣ ਰਹੇ ਨੇ ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਸਿਆਸਤਦਾਨਾਂ ਦੇ ਵਾਅਦੇ ਸੁਣ ਸੁਣ ਕੇ ਅੱਕ ਚੁੱਕੇ ਹਾਂ ਪਰ ਉਮੀਦਾਂ ਹਲੇ ਵੀ ਕਾਇਮ ਨੇ ਤਾਂ ਹੁਣ ਕੌਣ ਇਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੈ ਕੌਣ ਲੋਕ ਸਭਾ ਦੇ ਵਿੱਚ ਪਹੁੰਚਣ ਤੋਂ ਬਾਅਦ ਅੰਮ੍ਰਿਤਸਰ ਦੀ ਜਿਹੜੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ ਉਸ ਵਾਲੇ ਪਾਸੇ ਧਿਆਨ ਦਿੰਦਾ ਇਹ 4 ਜੂਨ ਦੇ ਨਤੀਜਿਆਂ ਤੋਂ ਬਾਅਦ ਸਪਸ਼ਟ ਹੋਏਗਾ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਟੀਮ ਅੰਮ੍ਰਿਤਸਰ